ਪੰਜਾਬ ਪੁਲਿਸ ਇੱਕ ਵਾਰ ਫਿਰ ਸੁਰਖੀਆਂ ਵਿੱਚ। ਜੀ ਹਾਂ, ਲੁੱਟਾ ਖੋਹਾਂ ਦੇ ਹਰ ਰੋਜ਼ ਨਵੇਂ ਤੋਂ ਨਵੇਂ ਮਾਮਲੇ ਸਾਹਮਣੇ ਆਉਂਦੇ ਨੇ ਤੇ ਅਸੀਂ ਇਸ ਦੀ ਰਿਪੋਰਟ ਕਰਾਉਣ ਲਈ ਪੁਲਿਸ ਸਟੇਸ਼ਨ ਇੱਕ ਪੁਲਿਸ ਮੁਲਾਜ਼ਮ ਕੋਲ ਜਾਂਦੇ ਹਾਂ। ਇੱਥੇ ਦਾ ਮਾਮਲਾ ਹੀ ਪਲਟ ਗਿਆ। ਪੁਲਿਸ ਮੁਲਾਜ਼ਮ ਵੱਲੋਂ ਹੀ ਕਰ ਦਿੱਤੀ ਗਈ ਚੋਰੀ। ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੈ, ਜਿਸ ਵਿੱਚ ਤੁਸੀਂ ਦੇਖ ਰਹੇ ਹੋ ਕਰੀਬ 3 ਵਜੇ ਇੱਕ ਐਕਟਿਵਾ ਸਵਾਰ ਪੁਲਿਸ ਮੁਲਾਜ਼ਮ ਆਪਣੇ ਸਾਥੀ ਨਾਲ ਇੱਕ ਦੁਕਾਨ ਦੇ ਬਾਹਰ ਲੱਗੀ ਐਕਟਿਵਾ ਨੂੰ ਆਪਣੀ ਐਕਟਿਵਾ ਦੀ ਚਾਬੀ ਕੱਢ ਕੇ ਆਪਣੇ ਸਾਥੀ ਨੂੰ ਦੇ ਕੇ ਦੂਸਰੀ ਐਕਟਿਵਾ ਸਟਾਰਟ ਕਰਕੇ ਲੈ ਕੇ ਫਰਾਰ ਹੋ ਗਏ। ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੈ।